ਸਸਰਗਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ एग्जाम ਜਵਾਬ ਦੇ ਵਿੱਚ ਤੇ ਦੋਸਤੋ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਇੱਕ ਨਵੀਂ ਅਪਡੇਟ ਦੇ ਬਾਰੇ ਤੇ ਅਪਡੇਟ ਆਈ ਜੀ ਪੀਟ੍ਰ ਪਲਸ ਵੀ ਦੀ ਅਫੀਸ਼ੀਅਲ ਵੈਬਸਾਈਟ ਦੇ ਉਤੇ ਤੇ ਇੱਥੇ ਦੇਖ ਸਕਦੇ ਹੋ ਕਿ ਜੋ ਕਿ ਪੋਸਟ ਆਫ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਜੋ ਐਡਵਰਟਾਈਜ਼ਮੈਂਟ ਸੀ ਜੋ ਐਡਵਰਟਾਈਜ਼ਮੈਂਟ ਨੰਬਰ ਵੀ ਇੱਥੇ ਤੁਸੀਂ ਦੇਖ ਸਕਦੇ ਹੋ 1 of 2022 ਤੇ ਇਸ ਦਾ ਪੰਜਾਬੀ ਦਾ ਕੁਆਲੀਫਾਈ ਨੇਚਰ ਦਾ ਜੋ ਐਗਜ਼ਾਮੀਨੇਸ਼ਨ ਹੋਣ ਵਾਲਾ ਹੈ ਤੇ ਉਸ ਦੇ ਜੋ ਐਡਮਿਟ ਕਾਰਡ ਆ ਚੁੱਕੇ ਹਨ ਤੇ ਤੁਸੀਂ ਐਡਮਿਟ ਕਾਰਡ ਨੋ ਕਿਵੇਂ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਵਾਲਾ ਹਾਂ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਨਵੇਂ ਹੋ ਇਸ ਚੈਨਲ ਦੇ ਉੱਤੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਚਲਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤੇ ਦੋਸਤੋ ਤੁਹਾਨੂੰ ਇਸ ਦਾ ਲਿੰਕ ਸਾਡੇ ਟੈਲੀਗ੍ਰam ਚੈਨਲ ਤੇ ਵੀ ਮਿਲ ਜਾਵੇਗਾ ਇਸ ਲਿੰਕ ਤੇ ਤੁਸੀਂ ਕਲਿੱਕ ਕਰਨਾ ਹੈ ਇੱਕ ਨਵਾਂ ਪੇਜ ਓਪਨ ਹੋ ਜਾਵੇਗਾ ਤੇ ਇੱਥੇ ਦੇਖ ਸਕਦੇ ਹੋ ਕਿ ਸਰਚ ਵਿਦ ਐਪਲੀਕੇਸ਼ਨ ਨੰਬਰ ਐਂਡ ਡੇਟ ਆਫ ਬਰਥ ਤੇ ਤੁਸੀਂ ਜੋ ਐਪਲੀਕੇਸ਼ਨ ਨੰਬਰ ਜੋ ਆਪਣਾ ਐਡਮਿਟ ਕਾਰਡ ਹੈ ਕਿਵੇਂ ਡਾਊਨਲੋਡ ਕਰਨਾ ਹੈ ਦੋ ਤਰੀਕੇ ਹਾਨੇ ਤੇ ਸਰਚ ਵਿਦ ਐਪਲੀਕੇਸ਼ਨ ਨੰਬਰ ਐਂਡ ਡੇਟ ਆਫ ਬਰਥ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ ਇਸ ਨੂੰ ਭਰ ਕੇ ਆਪਣਾ ਜੋ ਐਡਮਿਟ ਕਾਰਡ ਕੱਟ ਸਕਦੇ ਹੋ ਜੇਕਰ ਤੁਹਾਡੇ ਕੋਲ ਐਪਲੀਕੇਸ਼ਨ ਨੰਬਰ ਨਹੀਂ ਹੈ ਤਾਂ ਤੁਸੀਂ ਆਪਣੇ ਨਾਮ ਦੇ ਨਾਲ ਅਤੇ ਫਾਦਰ ਤੇ ਡੇਟ ਆਫ ਬਰਥ ਨੂੰ ਭਰ ਕੇ ਵੀ ਆਪਣੇ ਜੋ ਐਡਮਿਟ ਕਾਰਡ ਨੂੰ ਕੱਢ ਸਕਦੇ ਹੋ ਉਹ ਕਿਵੇਂ ਕਰਨਾ ਹੈ ਤੁਹਾਨੂੰ ਦੱਸਾਂਗਾ ਤੇ ਇੱਥੇ ਦੇਖ ਸਕਦੇ ਹੋ ਕਿ ਤੁਸੀਂ ਇਸ ਜੋ ਆਈਕਨ ਤੇ ਕਲਿੱਕ ਕਰ ਦੇਣਾ ਹੈ ਤੇ ਇੱਥੇ ਕਲਿੱਕ ਕਰਨ ਤੋਂ ਬਾਅਦ ਇੱਥੇ ਜੂਨੀਅਰ ਸਕਿੱਲ ਸਟੈਨੋਗ੍ਰਾਫਰ ਅਤੇ ਸਟੈਨੋ ਟਾਈਪਿਸਟ ਦੀ ਜੋ ਪੋਸਟ ਹੈ ਉਸ ਦਾ ਜੋ ਐਗਜ਼ਾਮੀਨੇਸ਼ਨ ਹੋਣ ਵਾਲਾ ਹੈ 11 ਤਰੀਕ ਨੂੰ ਤੇ ਇੱਥੇ ਤੁਸੀਂ ਐਡਮਿਟ ਕਾਰਡ ਨੂੰ ਕਿਵੇਂ ਕੱਢ ਸਕਦੇ ਹੋ ਤੇ ਸਭ ਤੋਂ ਪਹਿਲਾਂ ਇੱਥੇ ਤੁਸੀਂ ਆਪਣਾ ਨਾਮ ਭਰਨਾ ਹੈ ਤੇ ਨਾਮ ਦੇ ਤੁਸੀਂ ਪਹਿਲੇ ਤਿੰਨ ਅੱਖਰ ਹੀ ਭਰਨੇ ਹਨ ਇੱਥੇ ਦੱਸਿਆ ਜਾ ਰਿਹਾ ਹੈ ਮਿਨੀਮਮ 3 ਸਟਾਰਟਿੰਗ ਲੈਟਰ ਆਫ ਦੀ ਨੇਮ ਜਾਨੀ ਕਿ ਤੁਸੀਂ ਪਹਿਲੇ ਤਿੰਨ ਅੱਖਰ ਨੂੰ ਇੱਥੇ ਭਰਨਾ ਹੈ ਚਲੋ ਭਰਦੇ ਹਾਂ ਡਿਟੇਲ ਨੂੰ ਦੇ ਦੋਸਤੋ ਇੱਥੇ ਦੇਖ ਸਕਦੇ ਹੋ ਕਿ ਤੁਸੀਂ ਆਪਣੇ ਨਾਮ ਦੇ ਪਹਿਲੇ ਤਿੰਨ ਅੱਖਰ ਫਿਰ ਆਪਣੇ ਫਾਦਰ ਦੇ ਨਾਮ ਦੇ ਪਹਿਲੇ ਤਿੰਨ ਅੱਖਰ ਤੁਸੀਂ ਇੱਥੇ ਭਰਨੇ ਹਨ ਫਿਰ ਆਪਣੀ ਡੇਟ ਆਫ ਬਰਥ ਭਰਨੀ ਹੈ ਫਿਰ ਇੱਥੇ ਤੁਸੀਂ ਜੋ ਐਂਟਰ ਕੈਪਚਾ ਕੋਡ ਹੈ ਉਸ ਨੂੰ ਇੱਥੇ ਭਰ ਦੇਣਾ ਹੈ ਤੇ ਫਿਰ ਤੁਸੀਂ ਏ ਗੈਟ ਅਡਮਿਟ ਕਾਰਡ ਉੱਤੇ ਕਲਿੱਕ ਕਰਦੇ ਨੇ ਹੈ ਤੇ ਦੋਸਤੋ ਇੱਥੇ ਅਸੀਂ ਐਡਮਿਟ ਕਾਰਡ ਤੇ ਕਲਿੱਕ ਕਰਾਂਗੇ ਤੇ ਇੱਥੇ ਜਦੋਂ ਤੁਸੀਂ ਸਰਚ ਕਰੋਗੇ ਤਾਂ ਤੁਹਾਡਾ ਇੱਥੇ ਐਡਮਿਟ ਕਾਰਡ ਸ਼ੋ ਹੋ ਜਾਵੇਗਾ ਤੇ ਤੁਸੀਂ ਉਸ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਸਿਰਫ ਮੈਂ ਤੁਹਾਨੂੰ ਡੈਮੋ ਲਈ ਦੱਸ ਰਿਹਾ ਸੀ ਕਿ ਤੁਸੀਂ ਐਡਮਿਟ ਕਾਰਡ ਕਿਵੇਂ ਡਾਊਨਲੋਡ ਕਰਨਾ ਹੈ ਤੇ ਇੱਥੇ ਜੇ ਪ੍ਰੋਪਰ ਜੋ ਕੈਂਡੀਡੇਟ ਹੁੰਦਾ ਤਾਂ ਇੱਥੇ ਉਹਨਾਂ ਦਾ ਐਡਮਿਟ ਕਾਰਡ ਜੋ ਸ਼ੋ ਹੋ ਜਾਣਾ ਸੀ ਤੇ ਤੁਸੀਂ ਇਸ ਤਰ੍ਹਾਂ ਜੋ ਆਪਣੇ ਨਾਮ ਨੂੰ ਭਰ ਕੇ ਫਾਦੇ ਦੇ ਨਾਮ ਨੂੰ ਤੇ ਡੇਟ ਆਫ ਬਰਥ ਨੂੰ ਭਰ ਕੇ ਵੀ ਆਪਣੇ ਐਡਮਿਟ ਕਾਰਡ ਨੂੰ ਤੁਸੀਂ ਕੱਢ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਜੀ ਤੇ ਇੱਥੇ ਦੋਸਤੋ ਇਹਨਾਂ ਦਾ ਜੋ ਐਗਜ਼ਾਮੀਨੇਸ਼ਨ ਹੈ 11 ਮਾਰਚ ਨੂੰ ਕੰਡਕਟ ਹੋਣ ਵਾਲਾ ਹੈ ਤੇ ਇਹ ਪੰਜਾਬੀ ਲੈਂਗੁਏਜ ਦਾ ਜੋ ਟੈਸਟ ਹੈ ਪੰਜਾਬੀ ਕੁਆਲੀਫਾਈ ਨੇਚਰ ਦਾ ਉਸ ਲਈ ਇਹ ਟੈਸਟ ਹੋਣ ਵਾਲਾ ਹੈ ਤੇ ਦੋਸਤੋ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਜੈਹਨ ਚੈਵਰ